एक वड्डी खबर सामने आ रही है कि देर रात अजनाला दे महल्ले रामनगर तो एक ज्वेलर दे घर दे विच दो नकाबपोश चोरां ने प्रवेश करके 2 लाख रुपए की नकदी अते 8 तोले दे सोने दे गहने चोरी कर लिते। जद इस बारे घर वालियां नूं पुछया गया तो उन्होंने दस्या कि उस वक्त घर विच मौजूद सन जद दो नकाबपोश लोग उन्हां दे घर दे अंदर प्रवेश करदे हन अते उन्हां कोलों पैसे ते अते गहने आदि दी मंग करन लग पैंदे हन। उन्होंने दस्या कि उन्हां दोहां नकाबपोशां ने उन्हां नूं एक कमरे दे विच बंद कर दिता अते घर दी तलाशी लैण तों बाद 2 लाख रुपए की नकदी अते 8 तोले दे सोने दे गहने लै के उत्थों दी फरार हो गए। जुगू दे बंदे ने पहला अलमारी कुछ लबा थोड़ा बहुत समान लबा उन्होंने बाद च कहिंदा लोकर खोल मैं चाबी पई मम्मी को मैं उतो लैके आंदा कहिंदा भैं तुहानूं पागल बनाउण डिया उन्हें दातर पाया विच लोग तोड़ता और च पिया ही 2 लाख रुपया कुड़ी 1 लाख 20 किस्त तारी दी है ते 50,000 खुला पाया ते 30,000 उहदा पाया और उन्हें लैके चल गए कहिंदा सोना कढ़ दी सोने का काम करदे हो वह बंदा पूरा जानकार सी सारा मेरा ना हर चीज जानकार ही बंदा वह कहिंदा तुसीं सोने का काम करदे उन्हें दूजी अलमारी खोली उन्होंने भी पाया दातर उन्हें तोड़ के 6-7 तोले सोला ही वह लाता उत्ते मेरी भाभी आ गई उपरों उन्हां दी चूड़ियां नकली ही तो सोने टोपस है तो वह लवा ले तो ये भी जाते नकली टोपस है वह भी ला लो के तो मुंडा दुकान से काम करता है ਉਹਦਾ ਫੋਨ ਕਹਿੰਦਾ ਫੜਾ ਤੁਸੀਂ ਫੋਨ ਫੋਨ ਲੈ ਕੇ ਬਾਹਰ ਸੁੱਟ ਗਏ ਆ ਤੇ ਤਾਲਾ ਮਾਰ ਕੇ ਭਰ ਕੇ ਫਿਰ ਉਧਰੋਂ ਮੈਂ ਆਪਣੀ ਬਾਰੀ ਖੋਲੀ ਤੇ ਉਧਰੋਂ ਬਾਹਰ ਨਿਕਲੇ ਕਿੰਨੇ ਜਾਣੇ ਆ ਤੇ ਕਿਵੇਂ ਆਏ ਦੋ ਜਾਣੇ ਸੀ ਭਾਜੀ ਬਾਹਰੋਂ ਗੇਟ ਖੋਲ ਕੇ ਹੀ ਆਏ ਨੇ ਉਹ ਟੋਟਲ ਕਿੰਨਾ ਨੁਕਸਾਨ ਹੋਇਆ ਤੁਹਾਡਾ ਭਾਜੀ ਸੋਨਾ ਲਾ ਲਓ 7-8 ਤੋਲੇ ਤੇ 2 ਲੱਖ ਰੁਪਏ 1,30,000 ਤੇ 70,000 ਰੁਪਏ ਉਹ ਲਾ ਲਓ ਤੁਸੀਂ ਕੀ ਮੰਗ ਕੀ ਕਰਦੇ ਜੀ ਭਾਜੀ ਇਨਸਾਫ਼ ਚਾਹੀਦਾ ਵੇਖੋ ਦਿਨ ਦਿਹਾੜੇ ਕੰਮ ਹੋਣਡੇ ਦੁਨੀਆ ਤੇ ਕੀ ਬਣੂਗਾ ਆਪਾਂ ਤਾਂ ਆਪ ਖੁਦ ਹੈਰਾਨ ਕਿ ਕੀ ਬਣਿਆ ਪਿਆ ਦੇਸ਼ ਤੁਹਾਡੇ ਮੋਲ ਗਲੀ ਸੇਵ ਨਹੀਂ ਹੈਗੀ ਗਲੀ ਤੋਂ ਬਾਹਰ ਠੇਕੇ ਲੋਕਾਂ ਨੇ ਭੈਣ ਮਝਵਾ ਲਾਇਆ 10-10 ਮੁੰਡੇ ਪਾ ਕੇ ਸ਼ਰਾਬਾਂ ਪੀਣ ਕੇ ਤੇ ਰਾਤ ਪਲੈਨਿੰਗਾਂ ਚੱਲਦੀਆਂ ਸਮੈਕ ਧੰਦੇ ਹੋਣ ਡਿਆ ਹਰ ਕੁਛ ਇੱਥੇ ਹੋ ਜਾਣ ਡਿਆ ਪੰਜਾਬ 'ਚ ਅਸੀਂ ਨਾਲੇ ਤਾਂ ਪੂਰਾ ਬੇੜਾ ਕਰ ਹੋਇਆ ਪਿਆ ਸਕਤ ਭਾਜੀ ਮੈਂ ਤਾਂ ਕੀ ਗੱਲਬਾਤ ਹੋਈ ਸਾਰੀ ਡਿਟੇਲ ਦੱਸਣੀ ਸਾਡੇ ਘਰ ਦੇ ਚੋਰ ਆ ਗਏ ਸੀ ਤੇ ਉਹਨਾਂ ਨੇ ਨਾ ਮੇਰੇ ਇੱਥੇ ਧੋਣ ਤੇ ਦਾਤਰ ਰੱਖਤੀ ਤੇ ਉਹ ਕਹਿੰਦੇ ਤੁਸੀਂ ਹਿੱਲਣਾ ਨਹੀਂ ਆ ਨਹੀਂ ਤੇ ਤੁਹਾਡੀ ਧੋਣ ਵੱਢ ਦੇਣੀ ਜੇ ਹੌਲੀ ਹੌਲੀ ਸਾਨੂੰ ਅੰਦਰ ਲੈ ਗਏ ਤੇ ਫਿਰ ਉਹਨਾਂ ਨੇ ਇਹਨਾਂ ਦੀ ਧੋਣ ਤੇ ਦਾਤਰ ਰੱਖਤੀ ਪਿਸਤੌਲ ਰੱਖਤੀ ਕਹਿੰਦੇ ਤੁਸੀਂ ਬਾਥਰੂਮ 'ਚ ਵੜ ਜਾਓ ਹੁਣ ਤੁਸੀਂ ਨਹੀਂ ਹਿੱਲਣਾ ਉਹਨਾਂ ਨੇ ਸਾਨੂੰ ਬਾਥਰੂਮ 'ਚ ਬੰਦ ਕਰਤਾ ਕਿੰਨੀ ਦੇਰ ਫਿਰ ਇਹਨਾਂ ਨਾਲ ਲੱਗੇ ਰਹੇ ਕਿ ਤੁਸੀਂ ਆਹ ਚੀਜ਼ ਕੱਢਣੀ ਜੇ ਆਹ ਕੱਢਣੀ ਜੇ ਉਹਨਾਂ ਨੇ ਆਪੇ ਹੀ ਦਾਤਰ ਮਾਰ ਮਾਰ ਕੇ ਆਪੇ ਹੀ ਕੱਢ ਲਿਆ ਸਾਰਾ ਕੁਛ ਕੀ ਕੀ ਕੱਢਿਆ ਵਿੱਚ ਵਿੱਚ ਪੈਸੇ ਹੀ ਖਾਣੇ ਦੇ ਵਿੱਚ ਜਿਹਦੇ ਸੋਨਾ ਹੀ ਸਾਰਾ ਕੁਛ ਕੱਢ ਕੇ ਲੈ ਗਏ ਸੋਨਾ ਕਿੰਨੇ ਪੈਸੇ ਇਹ ਨਹੀਂ ਜੇ ਹੁਣ ਪਤਾ ਵੇਖੋ ਜਿਹੜੇ ਹਿਸਾਬ ਨਾਲ ਵਾਰਦਾਤ ਹੋਈ ਹੈ ਕੋਈ ਸੁਰੱਖਿਆ ਪ੍ਰਬੰਧ ਦਾ ਤੇ ਕੋਈ ਲੱਗਦਾ ਨਹੀਂ ਨਾ ਵੀ ਮਤਲਬ ਸੁਰੱਖਿਆ ਪ੍ਰਬੰਧ ਹੋਵੇ ਦੇਣ ਦੇ ਵੀ ਆਣ ਕੇ ਮਹੱਲਾ ਰਾਮਨਗਰ ਦੇ ਵਿੱਚ ਜਿੱਥੇ ਕਿ ਇਹਨਾਂ ਆਪਣੇ ਆਪ ਨੂੰ ਲੋਕ ਸੇਫ ਸਮਝਦੇ ਨੇ ਦੇਣ ਦੇ ਵੀ 2 ਮੁੰਡੇ ਆਏ ਇੱਕ ਕੋਲ ਰਿਵਾਲਵਰ ਇੱਕ ਕੋਲ ਦਾਤਰ ਆ ਆਣ ਕੇ ਇਹਨਾਂ ਦੇ ਮੋਢੇ ਦੇ ਉੱਤੇ ਰੱਖਿਆ ਆ ਜਨਾਨੀਆਂ ਨੂੰ ਕਮਰੇ 'ਚ ਬੰਦ ਕਰਕੇ ਉਹਨਾਂ ਦੇ ਗਹਿਣੇ ਲਵਾ ਕੇ 2 ਲੱਖ ਰੁਪਇਆ ਨਕਦ ਤੇ 7 ਤੋਲੇ ਜਿਹੜਾ ਸੋਨਾ ਇਹਨਾਂ ਦਾ ਜਿਹੜਾ ਆ ਉਹ ਲੈ ਗਏ ਨੇ ਇੱਥੇ ਕੋਈ ਸੇਫ ਵਾਲੀ ਤਾਂ ਗੱਲ ਹੀ ਕੋਈ ਨਹੀਂ ਵੇਖੋ ਘਰਾਂ ਦੇ ਵਿੱਚ ਆਪਾਂ ਸਹਿ ਜੀ ਮੰਗ ਇਹ ਕਰਦੇ ਹਾਂ ਕਿ ਦੋਸ਼ੀ ਫੜੇ ਜਾਣ ਤੇ ਇਹਨਾਂ ਨੂੰ ਇਨਸਾਫ਼ ਦਿੱਤਾ ਜਾਵੇ ਉਹਨਾਂ ਸਖ਼ਤ ਸਜ਼ਾ ਦਿੱਤੀ ਜਾਵੇ ਹਾਂਜੀ ਸਰ ਕੀ ਹੈ ਸਰ ਕੀ ਸਰ ਮਾਮਲਾ ਜੀ ਅੱਜ ਸ਼ਾਮ ਨੂੰ ਨਾ ਇਨਫੋਰਮੇਸ਼ਨ ਮਿਲੀ ਕਿ ਸਾਗਰ ਜੁਐਲਰਸ ਦੇ ਘਰ ਦੇ ਵਿੱਚ 2 ਲੁਟੇਰੇ ਆਏ ਜਿਨ੍ਹਾਂ ਨੇ ਆ ਕੇ ਕੋਈ ਸਮਾਨ ਛੀਨ ਲਿਆ ਉਹਨਾਂ ਕੋਲੋਂ ਸੋ ਇਸ ਸੰਬੰਧ 'ਚ ਅਸੀਂ ਮੌਕੇ 'ਤੇ ਪਹੁੰਚੇ ਹਾਂ ਪਤਾ ਲੱਗਾ ਕਿ ਜੋ 2 ਬੰਦੇ ਜਿਨ੍ਹਾਂ ਦੇ ਮੂੰਹ ਲਪੇਟੇ ਹੋਏ ਸੀਗੇ ਉਹਨਾਂ ਨੇ ਆ ਕੇ ਪਿਸਤੌਲ ਦੀ ਨੋਕ 'ਤੇ ਇਹਨਾਂ ਕੋਲੋਂ 1.25 ਲੱਖ ਦੇ ਕਰੀਬ ਪੈਸੇ ਨੇ ਅਤੇ ਕੁਛ ਸੋਨਾ 6-7 ਤੋਲੇ ਸੋਨਾ ਜਿਹੜਾ ਕਰੀ ਉਹ ਉਹਨਾਂ ਕੋਲੋਂ ਪਿਸਤੌਲ ਦੀ ਨੋਕ 'ਤੇ ਛੀਨਿਆ ਸੋ ਇਸ ਸੰਬੰਧ ਵਿੱਚ ਅਸੀਂ ਮੌਕੇ 'ਤੇ ਆਏ ਹਾਂ ਮੁਕੱਦਮਾ ਦਰਜ ਕਰਨ ਵਾਸਤੇ ਕਹਿਤਾ ਗਿਆ ਫਰਦਰ ਜਿਹੜੀ ਆ ਇਨਵੈਸਟੀਗੇਸ਼ਨ ਅਸੀਂ 2-3 ਟੀਮਾਂ ਬਣਾ ਕੇ ਇਨਵੈਸਟੀਗੇਸ਼ਨ ਕਰਾਂਗੇ ਕੈਸ਼ ਵੀ ਹੈ ਕੈਸ਼ 1.25 ਲੱਖ ਦੇ ਕਰੀਬ ਕੈਸ਼ ਸੀਸੀਟੀਵੀ ਕੈਮਰੇ ਗੱਲ ਯਾਰ ਬਿਲਕੁਲ ਜੀ ਸੀਸੀਟੀਵੀ ਕੈਮਰੇ ਅਸੀਂ ਦੱਸਿਆ ਤਾਂ ਹੈ 3 ਟੀਮਾਂ ਬਣਾ ਕੇ ਸੀਸੀਟੀਵੀ ਕੈਮਰਾ ਅਸੀਂ ਚੈੱਕ ਕਰਾਂਗੇ ਅਤੇ ਮੈਂ ਵੀ ਹੁਣ ਦੇਖੋ ਮੌਕੇ 'ਤੇ ਹੀ ਕਿਹੜੀ ਨਜ਼ਰ ਕੀ ਲੱਗਦਾ ਇਹ ਭੇਟੀ ਦਾ ਕੰਮ ਕਹਿ ਸਕਦੇ ਹਾਂ ਕੋਈ ਨਾ ਕੋਈ ਇਨਫੋਰਮੇਸ਼ਨ ਤੇ ਅੰਦਰੋਂ ਮਿਲਦੀ ਹੈ ਤਾਂ ਹੀ ਪਤਾ ਲੱਗਦਾ ਕਿ ਫਲਾਣੇ ਬੰਦੇ ਦੇ ਘਰ ਫਲਾਣੇ ਕਮਰੇ 'ਚ ਸਮਾਨ ਪਿਆ ਪੁਲਿਸ ਵੱਲੋਂ ਕਾਫੀ ਸਿਕਿਉਰਿਟੀ ਟਾਈਟ ਕੀਤੀ ਗਈ ਨਾਲੇ ਪਰ ਫਿਰ ਵੀ ਹਜੇ ਲੁਟਾਣਾ ਆਉਂਦੀਆਂ ਦੇਖੋ ਇਹਦੇ ਵਿੱਚ ਜਿਵੇਂ ਕਹਿੰਦੇ ਨਾ ਚੋਰ ਰਸਤੇ ਚੋਰਾਂ ਨੂੰ ਲੱਭ ਜਾਂਦੇ ਆ ਅਸੀਂ ਹੁਣ ਤੁਹਾਡੇ ਸਾਹਮਣੇ ਮੈਂ ਸਵੇਰੇ ਫਲੈਗ ਮਾਰਚ ਵੀ ਕੀਤਾ ਸੀ ਨਾਕੇ ਵੀ ਲਗਾਏ
ਤੇ ਅਸੀਂ ਕਿਸੇ ਹੋਰ ਕੰਮ 'ਚ ਰੁੱਝੇ ਵੀ ਸੀਗੇ, ਤੁਹਾਨੂੰ ਪਤਾ ਹੀ ਜਿਹੜਾ ਕੰਮ ਚੱਲ ਰਿਹਾ। ਸੋ ਚਲੋ ਕੋਈ ਨਹੀਂ, ਉਹਨਾਂ ਨੇ ਜੇ ਟਾਈਮ ਲਾ ਲਿਆ ਤਾਂ ਅਸੀਂ ਵੀ ਹੁਣ ਪ੍ਰੋਪਰ ਟਾਈਮ ਲਾ ਕੇ ਫੜ ਕੇ ਦਿਖਾਵਾਂਗੇ।